ਆਪਣੇ ਘਰੇ ਆਏ ਆ ਵੀਰੇ, ਆਪਣੇ ਘਰੇ ਆਏ ਆ ਹੈਂ ਭਰਾ ਮੇਰਿਆ, ਮੇਰੇ ਗੱਲ ਪੈ ਜਾਣਾ ਫਿਰ ਮੈਨੇ ਬਾਹੋਂ ਫੜ ਕੇ ਖਿੱਚਿਆ ਜੀ, ਮੈਂ ਇਹਦਾ ਧਿਆਨ ਰੱਖਣਾ ਚਾਹੇ ਮਾਤਾ ਜੀ ਵੀਰੇ ਦੀਦੀ ਕਹਿ ਕੇ ਗੱਲ ਕਰਦੇ, ਤੂੰ ਮੈਨੂੰ ਜਾਣਦਾ ਮੈਂ ਤੈਨੂੰ ਕਹਿ ਨਹੀਂ ਦਿੱਤਾ ਹੁਣ ਦੱਸ ਦੇ ਭਰਾ ਮੇਰਾ ਇਹ ਪਤਾ ਕੀ ਕਹਿਣ ਦੀ ਆ, ਇਹ ਕਹਿੰਦੀ ਗੱਲ ਕਰ ਗੱਲ ਕਰ ਲੈ ਆ ਦੱਸ ਤੇਰਾ ਭਰਾ ਨੂੰ ਪਤਾ ਮੈਂ ਕੀ ਆ, ਇੱਕ ਮਿੰਟ ਆ ਦੱਸ ਹੁਣ ਦੱਸ ਅੰਕਲ ਜੀ, ਅੰਕਲ ਜੀ ਇਹ ਸ਼ਰਮ ਆਉਣੀ ਚਾਹੀਦੀ ਆ, ਤੁਹਾਡੇ ਘਰਦੇ ਨੀ ਤੁਹਾਡੀ ਸਪੋਰਟ ਕਰਦੇ, ਚਲੋ ਕੋਈ ਨੀ ਚਲੋ ਕੀਤੀ ਜਾਣ ਦੋ ਵੀਰੇ, ਤੁਹਾਡੇ ਘਰੇ ਆਏ ਹਨਾ, ਆ ਦੇਖ ਲਓ ਠੀਕ ਆ ਜੀ, ਪਿੰਡ ਆ ਇਹ ਸਾਡਾ ਪਿੰਡ ਆ ਇਹ ਠੀਕ ਆ ਨਾ, ਠੀਕ ਆ ਜੀ ਰੋਲਾ ਇਸ ਗੱਲੋਂ ਇਹਨਾਂ ਨੇ ਗੱਡੀ ਭਜਾਣੀ ਪੁੱਛਿਆ, ਇਹਨਾਂ ਨੇ ਗੱਡੀ ਭਜਾਣੀ ਸਿਰਫ ਅਸੀਂ ਗਏ ਦਾਦੀ ਉਹ ਕੁੜੀ ਕੁਛ ਵੀ ਅਸੀਂ ਗਏ ਗੇੜਾ ਲੋੜ ਕੀਰਾ ਚਾਚੀ ਉਹਨੇ ਸਾਰੇ ਬੰਦੇ ਗੱਡੀ ਧਿਆਨ ਕੇ ਸੀਗਾ ਘਰ ਦੇ ਬੁਲਾ ਲਓ, ਇਹ ਕਹਿੰਦੇ ਨਹੀਂ ਮੈਂ ਇੱਧਰ ਕਿਸੇ ਨੇ ਨਹੀਂ ਕੱਢਿਆ, ਮੈਂ ਕਿਹਾ ਮਲਾਜਾ ਕਰਾਓ ਮਲਾਜਾ ਕਰਾਓ, ਆਹ ਦੇਖੋ ਆਹ ਦੇਖੋ ਜੀ ਆ ਗੱਡੀ ਭੰਨਣ ਦੇ ਆ ਭਰਾਵਾ, ਗੱਡੀ ਅੱਗੇ ਕਰ ਦੀਦੀ ਕਿਹੜੀ ਪਤਨੀ ਜੀ ਆ ਦੇਖੋ ਜੀ ਆ ਸਾਰੀਆਂ ਚੀਜ਼ਾਂ ਭੰਨ ਕੇ ਸਾਡੀਆਂ ਜਾਣਦੇ ਹੀ, ਆ ਦੇਖੋ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਇਹਨਾਂ ਦੇ ਕੰਮ, ਚਲੋ ਆਪਣੀ ਗੱਡੀ ਪੈਰੇ ਵਾਲੀ ਮੋਟਰਸਾਈਕਲ।
ਸਾਰੇ ਤੁਸੀਂ ਡਰੱਗੀ ਜਾ ਵੀ ਡਰੱਗ ਪੀਤਾ ਆ ਪਿੱਛੇ ਹਜੇ ਤੱਕ ਰੋਕਣ ਤੇ ਰੁਕੀ ਨੀ ਇਹ ਹੈਗੀ ਮਾਤਾ ਸਰਾਣੀ ਮੰਦਰ ਦੇ ਲਾਗੇ ਦੀ ਅਸੀਂ ਬਦਨਾਮ ਹੋ ਰਹੇ ਹਾਂ ਇਹਦੇ ਵਿੱਚ ਜਿੱਦਾਂ ਹੁਣ ਤੁਹਾਡੇ ਸਾਹਮਣੇ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਕ ਵੀਡੀਓ ਦੇਖੀ ਆ ਉਹਦੇ ਕਰਕੇ ਸਾਡੇ ਦੇ ਮਤਲਬ ਬਦਨਾਮੀ ਸਾਡੀ ਬਹੁਤ ਜ਼ਿਆਦਾ ਹੋ ਰਹੀ ਆ ਅਤੇ ਦੂਸਰਾ ਪੱਖ ਹੁਣ ਆਪਾਂ ਮਤਲਬ ਤੁਹਾਨੂੰ ਦੇਵਾਂਗੇ ਤੁਸੀਂ ਇਹ 'ਚ ਐਡ ਕਰ ਦਿਓ ਠੀਕ ਹੈ ਨਹੀਂ ਵੀਡੀਓ ਜਿੰਨੀਆਂ ਵੀ ਹੈਗੀ ਸਾਰੀਆਂ ਐਡ ਕਰਿਓ ਵਿੱਚ ਜਿਹੜਾ ਕਿ ਪਤਾ ਲੱਗੇ ਸੱਚਾਈ ਦਾ ਸੱਚਾਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਥੈਂਕ ਯੂ ਗੋਲੀ ਵੀ ਮਾਰ ਸਕਦੀ ਇਹ ਸਿਰਫ ਨਿਆਣਿਆਂ ਕਰਕੇ ਮੈਂ ਬਖਸ਼ਤਾ ਜੀ ਇਦਾਂ ਦੀ ਲੈਂਗੁਏਜ ਉਹਨਾਂ ਨੇ ਥਾਣੇ ਦੇ ਅੰਦਰ ਯੂਜ਼ ਕੀਤੀ ਉਦਾਂ ਸਾਡੇ ਨਾਲ ਤੇ ਸਾਡੇ ਫਿਰ ਉਹ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਆਈ ਉਹ ਖੇਮਕਰਨ ਏਰੀਏ ਦੇ ਸੀ ਸਿਆਣੇ ਬਜ਼ੁਰਗ ਸੀਗੇ ਪਰ ਉਹ ਵੀ ਦੇਖ ਲਓ ਉਹਨੂੰ ਹੱਲਾਸ਼ੇਰੀ ਦੇ ਰਹੇ ਸੀ ਮੁੰਡੇ ਸਾਹਮਣੇ ਲਿਆਓ ਫਿਰ ਸੀਗਾ ਸੀ ਤਾਂ ਮੁੰਡੇ ਕਹਿੰਦੇ ਕੁਛ ਨਹੀਂ ਜੀ ਜੋ ਸਾਡੇ ਦੇ ਇਲਜ਼ਾਮ ਲੱਗੇ ਗਲਤ ਲੱਗੇ ਆ ਅਸੀਂ ਕੋਈ ਗੁੰਡੇ ਨਹੀਂ ਉਹਨੇ ਸਾਨੂੰ ਗੁੰਡੇ ਸਾਬਤ ਕਰਤਾ ਹਰ ਚੈਨਲਾਂ ਦੇ ਉੱਤੇ ਅਸੀਂ ਜੱਟ ਜ਼ਿਮੀਂਦਾਰਾਂ ਦੇ ਬੰਦੇ ਆ ਉਹ ਸਾਡੇ ਡੋਪ ਟੈਸਟ ਕਰਾ ਸਕਦੀ ਆ ਅਸੀਂ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਇੱਕ ਤੋਂ ਸਾਡੇ ਨਾਲ ਧੱਕਾ ਕਰ ਗਈ ਅਸੀਂ ਉੱਥੇ ਉਹਦੇ ਕੋਲ ਗਲਤੀ ਵੀ ਫੀਲ ਕਰਵਾ ਸਕਦੇ ਸੀ ਪਰ ਅਸੀਂ ਲੇਡੀਜ਼ ਹੋਣ ਕਰਕੇ ਮੁਲਾਜ਼ਮ ਹੋਣ ਕਰਕੇ ਅਸੀਂ ਐਜ ਇਟ ਇਜ਼ ਉਹਨੂੰ ਕਿਹਾ ਉਹਨੇ ਸਾਡੇ ਨਾਲ ਕੰਪਰੋਮਾਈਜ਼ ਕਰਿਆ ਹੁਣ ਕੀ ਕਾਰਵਾਈ ਇਸ ਤੋਂ ਬਾਅਦ ਹੁਣ ਸਰ ਜੀ ਅਸੀਂ ਇਹ ਕਾਰਵਾਈ ਦੀ ਮੰਗ ਕਰਦੇ ਹਾਂ ਵੀ ਉਹ ਜਿਸ ਡਿਪਾਰਟਮੈਂਟ ਦੀ ਸਾਨੂੰ ਧਮਕੀ ਦੇ ਰਹੀ ਆ ਉਹ ਸਾਡੇ ਕਿਸੇ ਵੀ ਬੱਚੇ 'ਤੇ ਕੋਈ ਵੀ ਕਾਰਵਾਈ ਕਰ ਸਕਦੀ ਆ ਪਲੱਸ ਜਿਨ੍ਹਾਂ ਦੇ ਉਹ ਘਰੇ ਰਹਿ ਰਹੀ ਆ ਉਹ ਬੰਦੇ ਨਾ ਤੋਂ ਉਹਦੀ ਗਰੰਟੀ ਚੁੱਕ ਰਹੇ ਆ ਜੀ ਉਲਟਾ ਉਹ ਸਾਈਡ 'ਤੇ ਹੋ ਕੇ ਤਮਾਸ਼ਾ ਦੇਖ ਰਹੇ ਜੀ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਰਿਸ਼ਤੇਦਾਰ ਤੁਸੀਂ ਇਹਨੂੰ ਰੋਕੋ ਵੀ ਕਿਉਂ ਸਾਡੀਆਂ ਵੀਡੀਓ ਪਾ ਰਹੀ ਆ ਪਰ ਅੱਜ ਵੀ ਹੁਣ ਜਸਟ ਜਦੋਂ ਆਪਣੀ ਕਾਨਫਰੰਸ ਹੋਈ ਹੈ ਉਸ ਤੋਂ 10 ਮਿੰਟ ਪਹਿਲਾਂ ਉਹ ਘਰ ਵਾਲਾ ਇੱਥੇ ਆਇਆ ਸੀ ਜਦੋਂ ਅਸੀਂ ਉਹਨੂੰ ਵੀਡੀਓ ਦਿਖਾਈ ਉਹ ਉਲਟਾ ਸਾਨੂੰ ਕਹਿੰਦਾ ਤੁਸੀਂ ਗਲਤ ਆ ਅਸੀਂ ਕਿਹਾ ਫਿਰ ਭਾਅ ਜੀ ਤੁਸੀਂ ਆਪਣੇ ਘਰੇ ਚਲ ਜਾਓ ਜੇ ਅਸੀਂ ਗਲਤ ਹਾਂ ਤਾਂ ਸਾਨੂੰ ਆਪਣਾ ਪੱਖ ਰੱਖਣ ਦਿਓ ਤੁਸੀਂ ਆਪਣਾ ਪੱਖ ਰੱਖੀ ਜਾਓ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਇਸ ਵੀਡੀਓ ਦੇ ਰਾਹੀਂ ਉਹਨੇ ਸਾਡੀ ਬਹੁਤ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਆਪਣੇ ਜੋ ਵੀ ਬਿਆਨ ਦਿੱਤੇ ਆ ਉਹ ਸਾਰੇ ਝੂਠੇ ਆ ਜੀ ਅਤੇ ਜਿਹੜੀ ਸਾਡੀ ਵੀਡੀਓ ਆ ਜਿੱਦਾਂ ਕਿ ਉਹ ਗੱਡੀ ਚੜ੍ਹਾਉਂਦੀ ਆ ਉਹ ਅਸੀਂ ਹੁਣ ਤੁਹਾਡੇ ਸਾਹਮਣੇ ਰੱਖਾਂਗੇ ਉਹ ਤੁਸੀਂ ਇਹ 'ਚ ਐਡ ਕਰ ਦਿਓ ਅਤੇ ਜਿਹੜੀ ਬਣਦੀ ਕਾਰਵਾਈ ਕਰਾਂਗੇ ਅਤੇ ਜਿਹੜੇ ਇੱਥੇ ਸਾਡੇ ਪਿੰਡ ਦੇ ਓਂਕਾਰ ਸਿੰਘ ਆ ਉਹ ਵੀ ਵਿੱਚ ਹੀ ਅਸੀਂ ਮਤਲਬ ਉਹਨਾਂ 'ਤੇ ਵੀ ਇਲਜ਼ਾਮ ਲਾਵਾਂਗੇ ਕਿ ਉਹਨਾਂ ਦੀ ਸ਼ੈਅ ਕਰਕੇ ਸੈਕੰਡਲੀ ਵੀਡੀਓ ਦਿਖਾਇਓ ਹਾਂਜੀ ਬਸ
ਕੀ ਕਾਰਨ ਤੁਸੀਂ ਅੱਜ ਕਾਨਫਰੰਸ ਕੀਤੀ ਹੈ? ਕਿਹੜੀ ਜਗ੍ਹਾ ਤੇ? ਕੀ ਕਾਰਨ ਕੀ ਪੈਰਾ ਲਾਉਣ ਦਾ? ਸਾਡੇ ਮੋਟਰਾਂ ਦੀ ਚੋਰੀਆਂ ਹੁੰਦੀਆਂ, ਟ੍ਰਾਂਸਫਾਰਮ ਤਾਰਾਂ ਨੱਥਦੀਆਂ ਆ, ਅਤੇ ਸਾਨੂੰ ਮੋਟਰ ਤੇ ਵੀ ਜਾਣਾ ਪੈਂਦਾ, ਪਿੰਡ ਦੀ ਵੀ ਆਲੇ ਦੁਆਲੇ ਘੁੰਮਦੇ ਹਾਂ, ਅਤੇ ਜੋ ਅਸੀਂ ਜਿੱਦਾਂ ਕਿ ਰੋਜ਼ ਦਾ ਕੰਮ ਹੈ ਸਾਡਾ, ਡੇਢ ਮਹੀਨਾ ਹੋ ਗਿਆ ਲਗਾਤਾਰ। ਠੀਕ ਹੈ। ਹਾਂਜੀ, ਸਾਡੇ ਹੁਣ ਇਸ ਟਾਈਮ ਜਿੱਦਾਂ ਆਪਣੇ ਸਾਤਰੀ ਖਰਾਬ ਨੂੰ ਇੱਕ ਗੱਡੀ ਆਈ ਆ। ਠੀਕ ਹੈ। ਉਹ ਆ ਜਿੱਦਾਂ ਗੱਡੀ ਆਈ, ਉਹ ਇਸ਼ਾਰਾ ਦਿੱਤਾ ਰੁਕਣ ਦਾ, ਉਹਨੇ ਖੱਬੇ ਪਾਸੇ ਨੂੰ ਇਸ਼ਾਰਾ ਲਾ ਕੇ ਸੱਜੇ ਪਾਸੇ ਨੂੰ ਗੱਡੀ ਮੋੜ ਕੇ ਭਜਾ ਦਿੱਤੀ। ਅੱਛਾ। ਹਾਂਜੀ, ਜਿਹਨੇ ਉਹਦੇ ਪਿੱਛੇ ਦੀ ਆਪਣੀ ਗੱਡੀ ਲਾਈ ਆ, ਜਿਹਨੇ ਉੱਥੇ ਪਹੁੰਚੇ ਆ, ਉਹ ਸਾਡੇ ਨਾਲ ਠੀਕ ਹੈ। ਸਾਨੂੰ ਜਿੱਦਾਂ ਕਿ ਗਲਤ ਸ਼ਬਦ ਬੜੀ ਕੀਤੀ ਉਹਨੇ, ਸਾਨੂੰ ਡਰੱਗੀ ਦੱਸਿਆ, ਕਹਿੰਦੀ ਡਰੱਗੀਆਂ ਨੇ ਮੇਰੀ ਗੱਡੀ ਘੇਰ ਲਈ, ਅਤੇ ਬਹੁਤ ਜਿੱਦਾਂ ਵੱਧ ਘੱਟ ਹੋਈ। ਕੌਣ ਸੀ ਉਹ? ਉਹ ਸਾਨੂੰ ਇੰਨਾ ਨਹੀਂ ਪਤਾ ਕੌਣ ਹੈ, ਪਹਿਲੀ ਵਾਰੀ ਅਸੀਂ ਦੇਖੀ ਆ, ਸਾਡੇ ਪਿੰਡ ਕਦੀ ਰਿਸ਼ਤੇਦਾਰੀ। ਅੱਛਾ ਜੀ। ਹਾਂਜੀ, ਮੁੜ ਕੇ ਅਸੀਂ ਉਹਨਾਂ ਨੂੰ ਸੱਦਿਆ, ਉਹ ਪਹਿਲਾਂ ਤੋਂ ਖੜ੍ਹੇ ਰਹੇ, ਮੁੜ ਕੇ ਜਿਲ੍ਹੇ ਉਹ ਜ਼ਿਆਦਾ ਕਾਰਨ ਹੋਈ, ਉਹ ਤੋਂ ਬਾਅਦ ਸਾਡੇ ਅਸੀਂ ਬਾਕੀ ਆਪਣੇ ਫਰੈਂਡ ਸਿਆਣੇ ਬੰਦੇ ਨੂੰ ਫੋਨ ਕਰ ਲਿਆ, ਉਹ ਵੀ ਪਹੁੰਚ ਗਏ, ਜਿੱਦਾਂ ਬਲਦੇਵ ਸਿੰਘ, ਉਹ ਵੀ ਆ ਗਏ ਉਸੇ ਟਾਈਮ, ਉਹਨੇ ਆ ਕੇ ਫਿਰ ਜਿਵੇਂ ਉਹਨੂੰ ਦੇਖਿਆ ਵੀ ਉਹ ਕੁੜੀ ਨੂੰ ਰੋਕਣ ਲੱਗੇ, ਅਤੇ ਉਹ ਕੁੜੀ ਨੇ ਜਿੱਦਾਂ ਕਿ ਉਸ ਮੁੰਡੇ ਦੇ ਮੂੰਹ ਦੇ ਚਪੇੜ ਮਾਰ ਲਈ। ਇਸ ਦੇ ਖਿਲਾਫ਼ ਤੁਸੀਂ ਕੋਈ ਕੰਪਲੇਂਟ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਕੋਈ? ਹਾਂਜੀ, ਅਸੀਂ ਉਸੇ ਟਾਈਮ ਪੁਲਿਸ ਨੂੰ ਫੋਨ ਕਰਤਾ, ਰਾਤ ਨੂੰ ਐਸ ਐਚ ਓ ਸਾਹਿਬ ਆਪ ਆਏ। ਠੀਕ ਹੈ। ਉਹ ਸਾਡੀ ਕੁੜੀ ਦਾ ਵੀ ਕੰਪਲੇਂਟ ਲੈ ਕੇ ਸਾਡੀ ਵੀ ਹੈਗਾ, ਅਤੇ ਉਹ ਕਹਿੰਦਾ ਸਵੇਰ 12 ਵਜੇ ਦਾ ਟਾਈਮ ਦੇਗਾ। ਅੱਛਾ ਜੀ। ਦੂਏ ਦਿਨ ਅਸੀਂ ਐਤਵਾਰ ਉੱਥੇ ਗਏ ਆਪਣੇ ਥਾਣੇ, ਸਾਡਾ ਉਹਦੀ ਐਸ ਐਚ ਓ ਸਾਹਿਬ ਨੇ ਵਧੀਆ ਤਰ੍ਹਾਂ ਦਾ ਰਾਜੀਨਾਮਾ ਬਣਾ ਦਿੱਤਾ। ਠੀਕ ਹੈ। ਅਤੇ ਕੁੜੀ ਵੱਲੋਂ ਵੀ ਜਿੱਦਾਂ ਉਹਨੂੰ ਕੁੜੀ ਨੂੰ ਕੱਲ੍ਹ ਰਹਿੰਦੀ ਸਾਨੂੰ ਦੱਸ ਲੈਣੀ। ਠੀਕ ਹੈ। ਅਤੇ ਉਹ ਤੋਂ ਬਾਵਜੂਦ ਵੀ ਰਾਜੀਨਾਮਾ ਹੋਣ ਤੋਂ ਬਾਵਜੂਦ ਕੁੜੀ ਜਿਹੜੀ ਆ ਉਹ ਸਾਡੇ 'ਤੇ ਗਲਤ ਐਲੀਗੇਸ਼ਨ ਲਾਉਣ ਡਈ ਆ, ਵੀਡੀਓ ਵੈਬ ਕਰਨ ਡਈ ਆ, ਅਤੇ ਜਿੱਦਾਂ ਕਿ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕਿਸ ਚੀਜ਼ ਦੀ ਐਲੀਗੇਸ਼ਨ ਲੱਗ ਰਹੀ ਹੈ? ਜਿੱਦਾਂ ਕਿ ਉਹਨੇ ਸਾਡੇ 'ਤੇ ਲਾਈ ਹੈ ਕਿ ਇਹ ਡਰੱਗੀ ਆ, ਇਹ ਜਿੱਦਾਂ ਕਿ ਸਾਨੂੰ ਇਹ ਨਹੀਂ ਰੋਕਿਆ ਧੱਕੇ ਨਾਲ। ਇਸ ਦੇ ਖਿਲਾਫ ਤੁਸੀਂ ਹੁਣ ਉੱਚ ਅਧਿਕਾਰੀਆਂ ਨੂੰ ਮਿਲੋਗੇ ਜਾ ਕੇ? ਹਾਂਜੀ, ਜ਼ਰੂਰ ਮਿਲਾਂਗੇ। ਉਹਦੀ ਅਸੀਂ ਸਸਪੈਂਡ ਕਰਾਵਾਂਗੇ, ਜੇ ਉਹ ਆਪਣੀ ਰੂਹ ਦਿਖਾਉਂਦੀ ਵਰਦੀ ਦਾ ਕਿ ਮੇਰੀ ਮੈਂ ਕਿਸੇ ਮੁਲਾਜ਼ਮ ਆ, ਮੈਂ ਅਤੇ ਜਾਣੀ ਕਿ ਨਾ ਉਹਨੇ ਕੋਈ ਵਰਦੀ ਉਸ ਟਾਈਮ ਪਾਈ ਸੀਗੀ, ਮੁਲਾਜ਼ਮ ਆ ਤੂੰ ਵਰਦੀ ਪਾ ਕੇ ਆ ਜਾ, ਫਿਰ ਡਿਊਟੀ ਤੋਂ ਆਈ ਆ। ਇੰਨਾ ਕੁਛ ਪਤਾ ਚੱਲਿਆ ਵੀ ਕਿਹੜੇ ਥਾਣੇ ਦੀ ਮੁਲਾਜ਼ਮ ਆ ਜਾਂ ਕੌਣ ਹੈ? ਨਹੀਂ, ਇਸ ਬਾਰੇ ਨਹੀਂ ਪਤਾ ਚੱਲਿਆ, ਲੇਕਿਨ ਕਿਸੇ ਆਈ ਜੀ ਦੀ ਜਿੱਦਾਂ ਵੀ ਲੀਡਰ ਰੀਡਰ ਵਗੈਰਾ ਹੋ ਗਿਆ। ਠੀਕ। ਹਾਂਜੀ, ਸਹੀ ਆ, ਬਹੁਤ ਚੱਲਿਆ ਐਵੇਂ, ਕਿਉਂਕਿ ਉੱਥੇ ਘੱਟੋ ਘੱਟ 2-3 ਘੰਟੇ ਇਹਨਾਂ ਨੇ ਐਲੀਗੇਸ਼ਨ ਲਾਏ। ਉਹ ਇੱਦਾਂ ਸੀਗਾ ਜੀ, ਸਾਰਾ ਪਿੰਡ ਜਿੱਦਾਂ ਖੜ੍ਹਾ ਸੀਗਾ ਅੰਦਰ, ਅਤੇ ਇਹ ਵਾਰ ਵਾਰ ਬਾਹਰ ਜਾਂਦੇ ਸੀਗੇ, ਅਤੇ ਉੱਥੋਂ ਬਾਹਰੋਂ ਅੰਦਰ ਆ ਰਹੇ ਸੀ ਇਕੱਲੇ ਇਕੱਲੇ ਇਲਜ਼ਾਮ ਲੈ ਕੇ, ਅਤੇ ਅਸੀਂ ਕਹੇ ਵਿਧ ਪਰੂਫ ਸਾਨੂੰ ਕਰ ਦਿਓ ਹੈ ਨਾ ਜੀ। ਸਾਨੂੰ ਤਾਂ ਇਹ ਸ਼ੱਕ ਆ ਕੋਈ ਪਿੱਛੇ ਇਹਨਾਂ ਨੂੰ ਸ਼ਹਿ ਦੇ ਰਿਹਾ ਸੀਗਾ ਉਸ ਟਾਈਮ, ਉਹਨਾਂ ਦੀ ਗੱਲ ਸੁਣ ਕੇ ਅਤੇ ਸਾਡੇ ਉੱਤੇ ਅਲੱਗ ਅਲੱਗ ਇਲਜ਼ਾਮ, ਮਤਲਬ ਇੱਦਾਂ ਸੀਗਾ, ਤੁਸੀਂ ਵੀਡੀਓ ਵੀ ਕਢਾ ਸਕਦੇ ਹੋ ਉੱਥੇ ਦੀ। ਇਹ ਵਾਰ ਵਾਰ ਬਾਹਰ ਜਾ ਕੇ ਫਿਰ ਅੰਦਰ ਆਉਂਦੇ ਸੀਗੇ, ਅਤੇ ਕੋਈ ਧੱਕਾ ਨਹੀਂ ਹੋਇਆ ਜੀ, ਸਾਰਾ ਰਾਜੀਨਾਮਾ ਜਿੱਦਾਂ ਇਹਨਾਂ ਨੇ ਕਿਹਾ ਪਹਿਲਾਂ ਅੜ ਗਏ ਸੀਗੇ ਨਹੀਂ ਕਰਨਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਆਪ ਹੀ ਮਤਲਬ ਕੁਝ ਸੋਚਿਆ ਹੋਊਗਾ, ਜਾਂ ਜਿਨ੍ਹਾਂ ਦੇ ਪਿੱਛੇ ਫੋਨ ਆ ਰਹੇ ਸੀਗੇ ਉਹਨਾਂ ਨੇ ਕਹਿਤਾ ਹੋਊਗਾ, ਇਹ ਸਾਨੂੰ ਨਹੀਂ ਪਤਾ ਜੀ। ਪਰ ਉੱਥੇ ਰਾਜੀਨਾਮਾ ਇਹਨਾਂ ਦੀ ਆਪ ਦੀ ਮਨਜ਼ੂਰੀ ਨਾਲ ਹੋਇਆ ਸੀ। ਅਤੇ ਰਾਜੀਨਾਮਾ ਉਹਨਾਂ ਨੇ ਕਿਹਾ ਉੱਥੇ ਕੀ ਮਰਜ਼ੀ ਨਾ ਹੋ ਗਿਆ, ਉਸ ਤੋਂ ਬਾਅਦ ਕੋਈ ਗੱਲ ਕਹੀ ਉਹਨੇ ਰਾਜੀਨਾਮਾ ਜਾਣ ਤੋਂ ਬਾਅਦ ਉੱਥੇ? ਨਹੀਂ, ਰਾਜੀਨਾਮੇ ਦੇ ਵਿੱਚ ਕਹੀ ਸੀਗੀ, ਉਹ ਕਹੀ ਸੀਗੀ, ਅਤੇ ਇਸ ਤੋਂ ਬਾਅਦ ਸਾਡੀ ਵੀਡੀਓ ਵਾਇਰਲ ਕੀਤੀ ਜੀ, ਵਾਲੀ ਮਤਲਬ ਆਪਣੇ ਪੱਖ ਦੀ ਕਰਤੀ, ਅਤੇ ਜਿਹੜੀ ਆਪਣਾ ਸੀਗਾ ਇਹਨਾਂ ਨੇ MLR ਕਟਾਈ ਸੀਗੀ, ਉਹ ਵੀ ਅਗਲੇ ਦਿਨ ਦੀ ਕਟਾਈ। ਜੇ ਇਹਨਾਂ ਨੂੰ ਇੱਦਾਂ ਹੀ ਸੀਗਾ, ਉਹਨਾਂ ਨੂੰ ਹੱਥ ਲਾਇਆ ਸੀ ਹੈ ਨਾ ਜੀ, ਗਲਾ ਉਹਦਾ ਨੱਪਿਆ, ਕਹਿ ਰਹੀ ਆਪਣੇ ਬੇਟੇ ਦਾ ਨਾ ਬੇਹੋਸ਼ ਹੋਇਆ ਪਿਆ ਸੀਗਾ, ਇੱਕ ਉਹ ਸੁੱਤਾ ਪਿਆ ਸੀਗਾ ਜੀ, ਉਹ ਵਿੱਚ ਸਾਨੂੰ ਨਹੀਂ ਪਤਾ, ਅਸੀਂ ਗੱਡੀ ਦੇ ਵਿੱਚ ਨਹੀਂ ਦੇਖਿਆ, ਉਹ ਸੁੱਤਾ ਪਿਆ ਹੋਣਾ, ਅਤੇ ਇਹਨੇ ਐਲੀਗੇਸ਼ਨ ਸਾਡੇ 'ਤੇ ਇੱਦਾਂ ਲਾਤਾ।
ਤੇ ਬਾਕੀ ਜਿਹੜੀ ਐਮ ਐਲ ਆਰ ਵੀ ਆ ਉਹ ਅਗਲੇ ਦਿਨ ਸਵੇਰੇ 11 ਵਜੇ ਦੇ ਕਰੀਬ ਦੀ ਆ। ਤੇ ਜਿਹੜਾ ਰਾਜੀਨਾਮਾ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਧਮਕੀ ਵਗੈਰਾ ਉੱਥੇ ਤੇ ਨਹੀਂ ਦਿੱਤੀ ਜਾਂ ਉੱਥੇ ਕੋਈ ਗੱਲ ਕਹੀ ਨੇ? ਸਾਨੂੰ ਸਾਰੇ ਪੰਜਾਬ ਦੇ ਰਹਿੰਦੇ ਬਾਹਰ ਤੱਕ ਨਹੀਂ ਨਹੀਂ ਉੱਥੇ ਰਾਜੀਨਾਮਾ ਲੈ ਦੇਣ ਰਾਜੀਨਾਮਾ ਲੈ ਦੇਣ ਉਦਣ ਜੀ ਧਮਕੀ ਮਤਲਬ ਬਹੁਤ ਕੁਛ ਦਿੱਤਾ ਜਿੱਦਾਂ ਗੋਲੀਆਂ ਉਹ ਕਹਿੰਦੇ ਜੇ ਬੇਟਾ ਮੇਰਾ ਬੇਟੇ ਨਾ ਆਉਂਦੇ ਵਿੱਚ ਮਨਜ਼ੂਰੀ ਦੇ ਵਿੱਚ ਐਸ ਐਚ ਓ ਸਾਹਿਬ ਦੇ ਉਹਨਾਂ ਨੇ ਕਿਹਾ ਕਿ ਜੇ ਮੇਰੇ ਬੇਟੇ ਨਾ ਆਉਂਦੇ ਗੱਡੀ ਦੇ ਵਿੱਚ ਫਿਰ ਤੁਹਾਡੇ ਉੱਤੇ ਮੈਂ ਫਾਇਰਿੰਗ ਵੀ ਕਰ ਸਕਦੀ ਸੀ। ਇੰਨੀ ਗੱਲ ਕਹੀ ਤੇ ਉੱਤੋਂ ਕਿਹਾ ਜੀ ਜੇ ਬੇਟੇ ਨਾ ਹੁੰਦੇ ਤੇ ਮੈਂ ਗੱਡੀ ਉੱਤੇ ਵੀ ਚੜਾਉਣੀ ਸੀ ਸਾਰਿਆਂ ਦੇ। ਇਹ ਗੱਲ ਐਸ ਐਚ ਓ ਸਾਹਿਬ ਦੀ ਮਨਜ਼ੂਰੀ ਦੇ ਵਿੱਚ ਕਹੀ ਹੋਈ ਸੀ। ਜੀ ਕੀ ਨਾਮ ਆਪਣਾ? ਬਲਦੇਵ ਸਿੰਘ ਜੀ। ਕੀ ਕਾਰਨ ਕੀ ਆਏ ਤੁਸੀਂ ਕਾਨਫਰੰਸ ਕੀਤੀ ਹੈ? ਸਰ ਜੀ ਕਾਨਫਰੰਸ ਇਸ ਕਰਕੇ ਕੀਤੀ ਹੈ ਜੀ ਸਾਡੇ ਨਾਲ ਧੱਕਾ ਹੋ ਰਿਹਾ ਜੀ। ਕਿਹੜੀ ਜਗ੍ਹਾ 'ਤੇ? ਨੁੱਸੀ ਪਿੰਡ ਜੀ। ਕੀ ਧੱਕਾ ਕੀ ਹੋ ਰਿਹਾ? ਧੱਕਾ ਇੱਕ ਹੈ ਜੀ ਸਾਡੇ ਪਿੰਡ ਦੇ ਵਿੱਚ ਕਿਸੇ ਦੇ ਘਰ ਕੋਈ ਐਸ ਟੀ ਐਫ ਦੀ ਮੁਲਾਜ਼ਮ ਆ ਰਹੀ ਆ। ਅੱਛਾ ਜੀ। ਰਾਤ ਟਾਈਮ ਗਲਤ ਤਰੀਕੇ ਨਾਲ ਆਉਂਦੀ ਆ। ਠੀਕ ਹੈ। ਇੱਕ ਦਿਨ ਪਹਿਰਾ ਲਾਉਂਦਿਆਂ ਦਾ ਫਸਟ ਟਾਈਮ ਸਾਡੇ ਬੱਚਿਆਂ ਨੇ ਉਹਨੂੰ ਘੇਰ ਲਿਆ। ਠੀਕ ਹੈ। ਜਦੋਂ ਉਹਨਾਂ ਨਾਲ ਉਹਨੇ ਬਹੁਤ ਜ਼ਿਆਦਾ ਮਗਰ ਜਾ ਕੇ ਦੇਖਿਆ ਤਾਂ ਉਹਨੇ ਬਹੁਤ ਜ਼ਿਆਦਾ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਤੱਕ ਗਈ। ਅੱਛਾ ਜੀ। ਸਾਡੇ ਬੱਚਿਆਂ ਨੇ ਆਪਣਾ ਬਚਾਅ ਕਰ ਲਿਆ, ਮੈਨੂੰ ਵੀ ਫੋਨ ਕਰਕੇ ਉਹਨਾਂ ਨੇ ਸੱਦਿਆ। ਅੱਛਾ ਜੀ। ਜਦੋਂ ਮੈਂ ਜਾ ਕੇ ਮੌਕੇ 'ਤੇ ਦੇਖਿਆ ਤਾਂ ਜਿਹਨਾਂ ਦੇ ਘਰ ਉਹ ਆ ਰਹੀ ਆ ਉਹ ਦੋਨੋਂ ਪੇਪੋਤ ਸਾਈਡ 'ਤੇ ਹੋ ਕੇ ਤਮਾਸ਼ਾ ਦੇਖ ਰਹੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਅ ਜੀ ਅਗਰ ਤੁਹਾਡੇ ਘਰ ਆਉਂਦੀ ਆ ਤੁਹਾਡੀ ਕੋਈ ਰਿਸ਼ਤੇਦਾਰ ਹੈ ਤੁਸੀਂ ਇਹਨੂੰ ਸਮਝਾਓ। ਠੀਕ ਹੈ। ਫਿਰ ਵੀ ਬੜੀ ਮੁਸ਼ਕਲ ਨਾਲ ਅਸੀਂ ਕਹਿ ਕੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਉੱਥੋਂ ਦੂਰ ਲੈ ਗਏ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਮੌਕੇ 'ਤੇ ਐਸ ਐਚ ਓ ਸਾਹਿਬ ਆਏ। ਉਹਨਾਂ ਨੇ ਬਕਾਇਦਾ ਸਾਡੇ ਬਿਆਨ ਲਿਖੇ ਪਲੱਸ ਉਸ ਲੇਡੀ ਦੇ ਘਰ ਗਏ ਉਹਨੂੰ 12 ਵਜੇ ਦਾ ਟਾਈਮ ਦੇ ਕੇ ਆਏ। ਫਿਰ ਉਸ ਦਿਨ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਸੈਕਿੰਡਲੀ ਦਿਨ ਉਹਨੇ 11 ਵਜੇ ਐਮ ਐਲ ਆਰ ਕਟਾ ਕੇ ਅਤੇ ਮਕਸੂਦਾਂ ਥਾਣੇ ਚਲੇ ਗਏ। ਮੌਕੇ 'ਤੇ ਦੋਨੋਂ ਧਿਰਾਂ ਬੈਠੀਆਂ, ਉਹਦੀਆਂ ਵੀ ਸੁਣੀਆਂ ਸਾਡੀਆਂ ਵੀ ਸੁਣੀਆਂ। ਅਸੀਂ ਫਿਰ ਵੀ ਲੇਡੀਜ਼ ਮੁਲਾਜ਼ਮ ਹੋਣ ਕਰਕੇ ਅਸੀਂ ਉਹਦੇ ਨਾਲ ਕੰਪਰੋਮਾਈਜ਼ ਕਰ ਲਿਆ। ਹਾਲਾਂਕਿ ਉਹਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਸੀ। ਅਸੀਂ ਫਿਰ ਵੀ ਕਿਹਾ ਚਲੋ ਪਿੰਡ ਵਿੱਚ ਲੇਡੀ ਮੁਲਾਜ਼ਮ ਰਾਤ ਟਾਈਮ ਆਈ ਆ ਅਤੇ ਅਸੀਂ ਉਹਦੇ ਨਾਲ ਕਰ ਲਿਆ। ਪਰ ਕੰਪਰੋਮਾਈਜ਼ ਕਰਨ ਟਾਈਮ ਵੀ ਸਾਨੂੰ ਉਹ ਕਾਫੀ ਧਮਕੀਆਂ ਦੇ ਰਹੀ ਸੀ। ਉਸ ਤੋਂ ਬਾਅਦ ਉਹਨੇ ਦੂਸਰੇ ਦਿਨ ਜਿਹੜੀ ਉਹਨੇ ਵੀਡੀਓ ਬਣਾਈ ਸੀ ਸਾਡੀ ਵੀਡੀਓ ਵਾਇਰਲ ਕਰ ਦਿੱਤੀ ਆ। ਅੱਛਾ ਜੀ। ਹੁਣ ਉਹ ਕਹਿ ਰਹੀ ਆ ਵੀ ਇਹ ਗੁੰਡੇ ਆ, ਸਾਨੂੰ ਸੋਸ਼ਲ ਮੀਡੀਆ 'ਤੇ ਸਾਨੂੰ ਗੁੰਡੇ ਕਰਾਰ ਦੇ ਦਿੱਤਾ, ਆਲ ਵਰਲਡ ਤੱਕ ਸਾਡੀ ਬਦਨਾਮੀ ਕਰ ਦਿੱਤੀ ਹੈ ਅਤੇ ਸਾਡੇ ਬੱਚਿਆਂ 'ਤੇ ਅਕਸ 'ਤੇ ਕਿੰਨਾ ਫਰਕ ਪੈ ਰਿਹਾ। ਉਹਨੇ ਲਾਈਵ ਹੋ ਕੇ ਕਿਹਾ ਵੇ ਗੁੰਡੇ? ਹਾਂਜੀ, ਲਾਈਵ ਹੋ ਕੇ ਸਾਡੇ ਕੋਲ ਵੀਡੀਓ, ਸਾਨੂੰ ਵੀਡੀਓ ਦੇਵਾਂਗੇ। ਮੈਂ ਤੁਹਾਨੂੰ ਚੈਨਲ ਵੀ ਦੱਸਾਂਗਾ। ਜਦੋਂ ਅਸੀਂ ਇਸ ਵਿਸ਼ੇ 'ਤੇ ਪਿੰਡ ਵਾਲਿਆਂ ਨਾਲ ਗੱਲ ਕਰਦੇ ਨਾ ਜਿਨ੍ਹਾਂ ਦੇ ਘਰ ਆਉਂਦੀ ਆ, ਉਹ ਸਾਡੇ ਪੱਖ ਦੀ ਕੁਛ ਨਹੀਂ ਸੁਣਦੇ। ਉਹ ਸਾਨੂੰ ਕਹਿ ਰਹੇ ਆ ਕਿ ਉਹ ਲੇਡੀਜ਼ ਬਹੁਤ ਜ਼ਿਆਦਾ ਡੇਂਜਰਸ ਚੀਜ਼ ਹੈ, ਵੀ ਅਸੀਂ ਵੀ ਉੱਥੋਂ ਡਰਦੇ ਹਾਂ। ਮੈਂ ਕਿਹਾ ਤੁਸੀਂ ਡਰੋ, ਅਸੀਂ ਥੋੜ੍ਹੀ ਡਰਾਂਗੇ। ਐਸ ਐਚ ਓ ਸਾਹਿਬ ਕਿਹੜੇ ਥਾਣੇ ਦੇ ਆਏ ਸੀ ਇੱਥੇ? ਮਕਸੂਦਾਂ। ਅੱਛਾ। ਵਿਕਰਮਜੀਤ ਸਿੰਘ ਜਿਹੜੀ ਤੁਸੀਂ ਹੁਣ ਕੰਪਲੇਂਟ ਦਿੱਤੀ ਹੋਈ ਐਸ ਐਚ ਓ ਸਾਹਿਬ ਮਕਸੂਦਾਂ ਨੂੰ ਦਿੱਤੀ ਹੋਈ? ਉਹਨੂੰ ਦਿੱਤੀ ਸੀ। ਹਾਂਜੀ। ਅੱਛਾ। ਹੁਣ ਅਸੀਂ ਹੋਰ ਕੰਪਲੇਂਟ ਦੇਵਾਂਗੇ ਜਿਹੜੀ ਹੁਣ ਉਹਨੇ ਸਾਡੇ ਖਿਲਾਫ਼। ਹੁਣ ਤੁਸੀਂ ਚਾਹੁੰਦੇ ਕੀ ਹੋ? ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਦੇਖ ਲਓ, ਉਹਨੇ ਸਾਡੇ 'ਤੇ ਨਜਾਇਜ਼ ਸਾਡੇ ਬੱਚਿਆਂ ਦਾ ਅਕਸ ਖਰਾਬ ਕੀਤਾ, ਸਾਨੂੰ ਗੁੰਡੇ ਕਰਾਰ ਦੇ ਦਿੱਤਾ, ਅਤੇ ਉਹਦੀ ਹੁਣ ਅਸੀਂ ਪ੍ਰਸ਼ਾਸਨ ਤੋਂ ਕਾਰਵਾਈ ਚਾਹੁੰਦੇ ਹਾਂ। ਠੀਕ। ਅਗਰ ਕਿਸੇ ਚੈਨਲ ਨੇ ਸਾਡੀ ਕੋਈ ਵੀਡੀਓ ਪਾਉਣੀ ਆ, ਉਹਨੂੰ ਸਾਡਾ ਵੀ ਪੱਖ ਸੁਣਨਾ ਚਾਹੀਦਾ ਸੀ। ਠੀਕ ਹੈ। ਜਗਬਾਣੀ ਵਾਲਿਆਂ ਨੇ ਪਹਿਲੇ ਖਬਰ ਪਾ ਦਿੱਤੀ, ਉਹਨਾਂ ਨੇ ਵੀ ਨਹੀਂ ਸੁਣਿਆ। ਸਾਡਾ ਵੀ ਪੱਖ ਸੁਣਦੇ, ਅਸੀਂ ਆਪਣਾ ਪੱਖ ਦਾ ਅਤੇ ਫੇਰ ਖਬਰ ਲਾਉਂਦੇ। ਸੱਚ ਦਾ ਸੱਚ, ਝੂਠ ਦਾ ਝੂਠ ਉਹਨਾਂ ਨੂੰ ਬਿਆਨ ਕਰਨਾ ਚਾਹੀਦਾ ਸੀ। 7/9/24 ਦੀ ਰਾਤ, ਦਰਮਿਆਨੀ ਰਾਤ ਦੀ ਗੱਲ ਹੈ, 11:20 ਦੇ ਉੱਤੇ ਇੱਕ ਕਾਲ ਆਈ ਸੀ। ਪਹਿਲੇ ਥਾਣੇ ਕਾਲ ਆਈ ਸੀ, ਉਸ ਤੋਂ ਬਾਅਦ ਇਹ ਕਾਲ ਪਿੰਡ ਵਾਸੀਆਂ ਨੇ ਮੈਨੂੰ ਕੀਤੀ ਸੀਗੀ। ਪਿੰਡ ਵਾਸੀਆਂ ਨੇ, ਨੁੱਸੀ ਪਿੰਡ ਦਿਆਂ ਨੇ, ਲੋਕਾਂ ਨੇ ਆਪਣਾ ਇੱਕ ਠੀਕਰੀ ਪਹਿਰਾ ਲਗਾਇਆ ਹੋਇਆ ਸੀਗਾ, ਜਿਹਦੇ ਵਿੱਚ ਕਰੀਬ 15 ਦੇ ਵਿਅਕਤੀ ਸੀਗੇ। ਉਹਨਾਂ ਨੇ ਠੀਕਰੀ ਪਹਿਰਾ ਲਗਾਇਆ ਸੀ ਕਿ ਲਗਾਇਆ ਹੋਇਆ ਸੀਗਾ, ਜਿਸ ਵਿੱਚ ਇੱਕ ਕਾਰ ਜਿਹੜੀ ਸੀਗੀ PB10F FS0355 ਨੰਬਰ ਦੀ ਜਿਹੜੀ ਕਾਰ ਸੀਗੀ, ਉਹ ਕਾਰ ਪਿੰਡ ਵਾਲੇ ਪਾਸੇ ਨੂੰ ਬਹੁਤ ਤੇਜ਼ੀ ਦੇ ਨਾਲ ਆਈ ਔਰ ਜਿਹੜੇ ਪਹਿਰੇ ਵਾਲੇ ਮੁੰਡੇ ਲੱਗੇ ਹੋਏ ਸੀ ਉਹਨਾਂ ਨੇ ਟਾਰਚ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਕਾਰ ਚਾਲਕ ਨੇ ਉਹਨਾਂ ਦੇ ਉੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ,
ਕਾਰ ਨੂੰ ਔਰ ਕਾਰ ਭਜਾ ਕੇ ਉੱਥੋਂ ਚਲੇ ਗਏ। ਅੱਗੇ ਜਾ ਕੇ ਓਂਕਾਰ ਸਿੰਘ ਖੰਡਾ ਦੇ ਘਰ ਦੇ ਲਾਗੇ ਉਹ ਕਾਰ ਰੁਕੀ। ਇਹ ਜਿਹੜੇ ਪੈਰੇ ਵਾਲੇ ਲੜਕੇ ਸੀਗੇ ਇਹ ਵੀ ਉਹਦੇ ਮਗਰ ਚਲੇ ਗਏ ਇਸ ਸ਼ੱਕ ਦੇ ਉੱਤੇ ਵੀ ਇਹ ਬੰਦਾ ਕੌਣ ਹੈਗਾ ਜਿਹੜਾ ਮਤਲਬ ਕਾਰ ਭਜਾ ਕੇ ਸਾਡੇ ਪਿੰਡ 'ਚ ਚਲਾ ਗਿਆ। ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤੇ ਉੱਥੇ ਜਿਹੜੀ ਕੁਲਦੀਪ ਕੌਰ ਲੜਕੀ ਨੂੰ ਨਾਮ ਪਤਾ ਪੁੱਛਿਆ, ਜਿਹੜੀ ਚਾਲਕ ਸੀਗੀ ਕਾਰ ਦੀ ਉਹ ਕੁਲਦੀਪ ਕੌਰ ਸੀਗੀ, ਉਹ ਐਸਟੀਐਫ ਦੇ ਵਿੱਚ ਜੌਬ ਕਰਦੀ ਆ ਪੁਲਿਸ ਦੇ ਵਿੱਚ। ਉਸ ਵਕਤ ਉਹਨੇ ਪਿੰਡ ਵਾਲਾਂ ਦੇ ਨਾਲ ਕਾਫੀ ਉਲਝਣ ਜਿਹੜੀ ਆ ਬਣਾਈ ਔਰ ਉਹਨਾਂ ਨੂੰ ਮਾੜਾ ਚੰਗਾ ਬੋਲਿਆ, ਜਿਸ ਦੇ ਉੱਤੇ ਮੇਰੇ ਵੱਲੋਂ ਐਸ ਐਚ ਓ ਵਿਕਰਮਜੀਤ ਨੂੰ ਐਸ ਐਚ ਓ ਨੂੰ ਮਕਸੂਦਾ ਨੂੰ ਮੌਕੇ ਦੇ ਉੱਤੇ ਭੇਜਿਆ ਔਰ ਜਾ ਕੇ ਇਸ ਮਸਲੇ ਨੂੰ ਐਸ ਐਚ ਓ ਨੇ ਸੁਣਿਆ ਔਰ ਅਗਲੇ ਦਿਨ ਦਾ ਜਿਹੜਾ ਹੈਗਾ ਥਾਣੇ ਦਾ ਟਾਈਮ ਦੇ ਦਿੱਤਾ। ਅਗਲੇ ਦਿਨ ਦੋਨੋਂ ਪਾਰਟੀਆਂ ਕੁਲਦੀਪ ਕੌਰ ਵੀ ਔਰ ਪਿੰਡ ਦੇ ਜਿਹੜੇ ਪੰਚਾਇਤ ਦੇ ਲੋਕ ਵੀ ਜਿਹੜੇ ਥਾਣੇ ਵਿੱਚ ਆਏ ਔਰ ਜਿਹੜਾ ਪੰਚਾਇਤ ਨੇ ਇੱਕ ਦਰਖਾਸਤ ਦਿੱਤੀ ਸੀ ਇਸ ਦੇ ਖਿਲਾਫ਼, ਐਸ ਟੀ ਐਫ ਵਾਲੀ ਕੁੜੀ ਦੇ ਖਿਲਾਫ਼ ਦਿੱਤੀ ਸੀਗੀ ਉਹਦਾ, ਔਰ ਜਿਹੜੀ ਕੁੜੀ ਨੇ ਉਸ ਸਮੇਂ ਅਗਲੇ ਦਿਨ ਜਿਹੜੀ ਇਹਨਾਂ ਨੂੰ ਉਹਨਾਂ ਦੇ ਖਿਲਾਫ਼ ਜਿਹੜੀ ਦਰਖਾਸਤ ਦਿੱਤੀ, ਇਹਨਾਂ ਦੋਨਾਂ ਦਰਖਾਸਤਾਂ ਦਾ ਜਿਹੜਾ ਰਾਜ਼ੀਨਾਮਾ ਇੱਥੇ ਬੈਠ ਕੇ ਹੋਇਆ। ਕੁੜੀ ਨੇ ਆਪਣੀ ਗਲਤੀ ਵੀ ਮੰਨੀ ਹੈ ਕਿ ਮੈਂ ਮਤਲਬ ਮੈਨੂੰ ਨਹੀਂ ਸੀ ਪਤਾ ਕਿ ਪਿੰਡ ਪਹਿਰਾ ਲੱਗਿਆ ਹੋਇਆ ਸੀਗਾ, ਮੈਂ ਕਾਰ ਜਿਹੜੀ ਮਤਲਬ ਇਹਨਾਂ ਨੇ ਮੈਨੂੰ ਟਾਰਚ ਦਿੱਤੀ ਸੀ ਮੈਂ ਰੋਕਿਆ ਨਹੀਂ, ਜੋ ਵੀ ਇਹਨਾਂ ਦੇ ਬਦ ਗੁਲਾਮੀ ਕੀਤੀ ਉਹ ਇਹਨਾਂ ਦਾ ਇੱਥੇ ਸੈਟਿਸਫੈਕਸ਼ਨ ਹੋ ਗਈ। ਉਹਦੀ ਇੱਕ ਜਿਹੜਾ ਲਿਖਤੀ ਬਿਆਨ ਵੀ ਲਿਖਿਆ ਗਿਆ ਉਸ ਲੜਕੀ ਦਾ ਕੁਲਦੀਪ ਕੌਰ ਦਾ ਔਰ ਉਹਦੀ ਇੱਕ ਰੋਜ਼ਨਾਮਚਾ 'ਚ ਰੱਖ ਵੀ ਹੋਈ। ਇਹ ਜਿਹੜੀ ਹੈਗੀ ਹੈ ਗਲਤ ਫਹਿਮੀ ਦੇ ਨਾਲ ਮਤਲਬ ਜਿਹੜਾ ਪਿੰਡ ਵਿੱਚ ਉਹ ਕੁੜੀ ਦਾ ਰਾਤ ਨੂੰ 11:20 ਦੇ ਉੱਤੇ ਜਾਣਾ ਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾਣਾ, ਉਸ ਦਰਮਿਆਨ ਜਿਹੜੀ ਇਹਨਾਂ ਦੀ ਤੂਤ ਤਰਾਕ ਜਿਹੜੀ ਹੋਈ ਆ ਉਹਦਾ ਰਾਜ਼ੀਨਾਮਾ ਹੋ ਚੁੱਕਾ।